ਡਿਜ਼ਾਇਰ 2018 BDI ਡੀਜ਼ਲ, ਸਟੇਅਰਿੰਗ 'ਚ ਬਟਨ ਆ ਜਾਂਦੇ ਨੇ ਜੀ, ਡਬਲ ਏਅਰ ਬੈਗ ਆ ਜਾਂਦਾ, ਅਲਾਏ ਲੱਗੇ ਹੋਏ ਨੇ ਕਾਰ ਦੇ, ਟਾਇਰ ਵਧੀਆ ਨੇ। ਵਰਨਾ ਹੈਗੀ ਜੀ 2013 ਮਾਡਲ, ਵਰਨਾ 2013 ਮਾਡਲ ਹੈ ਜੀ ਜੀ, ਸੰਗਰੂਰ ਨੰਬਰ ਹੈ, ਅਲਾਏ ਟਾਇਰ ਬਿਲਕੁਲ ਨਵੇਂ ਨੇ ਜੀ, ਇਹਦੇ ਐਂਡਰਾਇਡ ਪਲੇਅਰ ਲੱਗਿਆ ਹੋਇਆ। 1,27,000 ਗੱਡੀ ਚੱਲੀ ਹੋਈ ਹੈ, ਕੰਮ ਖਰਚਾ ਕੋਈ ਨਹੀਂ, ਕਲੱਚ ਪਲੇਟ ਨਵੀਂ ਪਈ ਹੋਈ ਹੈ ਜੀ ਇਹਦੀ, ਸਰਵਿਸ ਕਾਰ ਦੀ ਹੋਈ ਹੋਈ ਹੈ। ਬਲੇਨੋ ਖੜੀ ਹੈ ਜੀ, ਪੇਡ ਨੰਬਰ ਵਾਲੀ ਹੈ ਨਾ, 0606। ਬਲੀਨੋ ਆ ਗਈ ਜੀ 2016 ਮਾਡਲ ਹੈ ਜੀ। ਭੁੱਲਰ ਸਾਹਿਬ, ਤੁਹਾਡੀਆਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਆਪਾਂ ਗੱਡੀਆਂ ਦਿਖਾ ਰਹੇ ਹਾਂ, ਇੱਕ ਗੱਲ ਇਹਨਾਂ ਦੇ ਵਿੱਚ ਖਾਸ ਆ ਗਈ, ਵਿਸ਼ੇਸ਼ ਗੱਲ ਮੈਂ ਨੋਟ ਕਰੀ ਆ, ਐਂਡ 'ਤੇ ਦਰਸ਼ਕਾਂ ਨੂੰ ਮੈਂ ਦੱਸੂੰਗਾ ਜੀ। ਡਿਜ਼ਾਇਰ 2016 ਮਾਡਲ ਜੀ, ZDI ਪੁਸ਼ ਬਟਨ ਸਟਾਰਟ ਔਰ ਅਲਾਏ ਟਾਇਰ ਲੱਗੇ ਹੋਏ ਨੇ ਜੀ, ਮੇਨ ਗੱਲ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ। ਅੱਛਾ ਜੀ, ਅਤੇ ਨੰਬਰ ਵੀ ਦੇਖੋ ਜੀ, 777-1। ਸੋ 11 ਮਾਡਲ BDI ਸੈਕਿੰਡ ਓਨਰ, 2,65,000 ਰੁਪਏ ਦੀ ਜੀ। i10 ਗ੍ਰੈਂਡ 2014 ਮਾਡਲ ਹੈ ਜੀ, ਫਸਟ ਓਨਰ ਹੈ, ਲੁਧਿਆਣਾ ਨੰਬਰ ਹੈ ਜੀ, ਔਰ 80,000। ਸਤਿ ਸ਼੍ਰੀ ਅਕਾਲ ਦੋਸਤੋ, ਦੇ ਦੀ ਅੱਜ ਫਿਰ ਘੈਂਟ ਘੈਂਟ ਗੱਡੀਆਂ, ਬਾਈ ਰੇਸ਼ਮ ਸਿੰਘ ਭੁੱਲਰ ਕੋਲ ਖੜ੍ਹੇ ਹਾਂ ਸੰਗਰੂਰ ਭੁੱਲਰ ਮੋਟਰ 'ਤੇ। ਦਰਸ਼ਕਾਂ ਨੂੰ ਇੱਕ ਗੱਲ ਮੈਂ ਦੱਸਦਾ, ਵੀਰ ਨੂੰ ਕਹੂੰਗਾ ਵੀ ਉੱਧਰ ਨੇ ਗਿਆ ਮਰਵਾ ਦੇ ਉੱਪਰਲੀਆਂ ਗੱਡੀਆਂ 'ਤੇ। ਅੱਜ ਗੱਡੀਆਂ ਦੀ ਗਿਣਤੀ ਕਾਫੀ ਜ਼ਿਆਦਾ ਆ, 3-4 ਜਗ੍ਹਾ 'ਤੇ ਜਿਹੜੀਆਂ ਗੱਡੀਆਂ ਖੜ੍ਹੀਆਂ ਨੇ, ਇਸ ਲਈ ਜਿਹੜੀਆਂ ਉੱਪਰਲੀਆਂ ਗੱਡੀਆਂ ਅਤੇ 5-7 ਹੋਰ 10 ਕੁ ਗੱਡੀਆਂ ਹੋਰ ਨੇ ਜਿਹੜੀਆਂ, ਉਹਨਾਂ ਦੀ ਵੀਡੀਓ ਆਪਾਂ ਅਗਲੀ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇਵਾਂਗੇ। ਫਿਲਹਾਲ ਆਪਾਂ ਇਹ ਜਿਹੜੀਆਂ ਸਾਰੀਆਂ ਪੰਜਾਬ ਨੰਬਰ ਗੱਡੀਆਂ ਅਤੇ ਦੂਜੇ ਪਾਸੇ ਸੜਕ 'ਤੇ ਖੜ੍ਹੀਆਂ ਨੇ, ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ। ਸਵਾਗਤ ਕਰ ਲਈਏ ਬਾਈ ਰੇਸ਼ਮ ਸਿੰਘ ਭੁੱਲਰ ਦਾ, ਸਵਾਗਤ ਹੈ ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੋਬਿੰਦ ਵੀਰ ਨੂੰ ਅਤੇ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੇਰੇ ਅਤੇ ਮੇਰੇ ਸਾਰੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ। ਭੁੱਲਰ ਮੋਟਰ ਸੰਗਰੂਰ 'ਤੇ ਵੈਲਕਮ ਹੈ ਤੁਹਾਡਾ। ਜ਼ਿਆਦਾ ਸਮਾਂ ਨਹੀਂ ਲੈਂਦੇ, 1-2 ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਜਿਹੜੇ ਵੀਰ ਨੇ ਚੰਗੀ ਕਾਰ ਲੈਣੀ ਹੈ, ਚੰਗੀ ਕਾਰ ਭੁੱਲਰ ਮੋਟਰ ਸੰਗਰੂਰ 'ਤੇ ਜ਼ਰੂਰ ਵਿਜ਼ਿਟ ਕਰੋ, ਤੁਹਾਨੂੰ 1-2 ਦਿਨ ਦੀ ਵੇਟ ਕਰਨੀ ਪੈ ਸਕਦੀ ਹੈ। ਸਾਡੀ ਟੀਮ ਦੁਆਰਾ ਤੁਹਾਨੂੰ ਕੰਟੈਕਟ ਕਰਕੇ ਕਾਰ ਦੇਵਾਂਗੇ ਅਸੀਂ। ਇੱਕ ਵਾਰ ਤੁਸੀਂ ਜਿਹੜੇ ਵੀਰ ਕਾਰ ਪਲਾਨ ਕਰ ਰਹੇ ਹੈ, ਕਾਲ ਕਰੋ, ਆਪਣਾ ਨੰਬਰ ਲਿਖਾਓ, ਆਪਣੀ ਰਿਕੁਆਇਰਮੈਂਟ ਲਿਖਾਓ, ਵਟਸਐਪ 'ਤੇ ਭੇਜੋ ਵੀ ਕੀ ਲੈਣਾ ਚਾਹੁੰਦੇ ਹੋ ਤੁਸੀਂ, ਕੀ ਤੁਹਾਡਾ ਬਜਟ ਹੈ, ਤੁਹਾਨੂੰ ਗੱਡੀ ਦਿੱਤੀ ਜਾਵੇਗੀ। 1-2 ਦਿਨ ਲੱਗ ਸਕਦੇ ਨੇ ਪਰ ਵਧੀਆ ਕਾਰ ਦਿੱਤੀ ਜਾਵੇਗੀ ਤੁਹਾਨੂੰ। ਬਿਲਕੁਲ ਜੀ, ਵਧੀਆ ਕਾਰਾਂ ਲੱਭ ਕੇ, ਜੇ ਵੈਸੇ ਤਾਂ ਸਾਰੀਆਂ ਇੱਥੇ ਮੌਜੂਦ ਹੁੰਦੀਆਂ ਨੇ ਹਰ ਇੱਕ ਤਰ੍ਹਾਂ ਦੀ ਕਾਰ, ਪਰ ਜੇ ਨਹੀਂ ਹੋਊਗੀ ਤਾਂ 1-2 ਦਿਨਾਂ 'ਚ ਲੱਭ ਕੇ ਦਿੱਤੀ ਜਾਊਗੀ। ਭੁੱਲਰ ਸਾਹਿਬ, ਜਿਹੜੇ ਪੜਾਕੇ ਪਾਉਣੇ ਨੇ ਆਪਾਂ ਨੇ, ਉਹ ਕਰ ਲਈਏ ਸ਼ੁਰੂ? ਬਿਲਕੁਲ ਜੀ, ਕਵਿੰਟ ਦੇ ਡਿਟੇਲ ਦੇ ਕੇ ਕਰੋ ਜੀ ਸ਼ੁਰੂ ਕੰਮ। ਦੋਸਤੋ, ਕਵਿੰਟ ਲੈ ਕੇ ਆਏ ਹਾਂ ਜੀ। ਦੇਖੋ ਆਪਣੇ ਕੋਲ ਨਾ ਕਾਰਾਂ ਨਵਿਆਂ ਵਰਗੀਆਂ, ਕਿਉਂ ਕਹਿੰਦੇ ਹਾਂ, ਦੇਖੋ 22 ਮਾਡਲ ਕਾਰ ਆ ਗਈ ਜੀ। ਬਿਲਕੁਲ ਜੀ, ਠੀਕ ਹੈ ਜੀ, ਕਵਿੰਟ ਹੈ 2022 ਮਾਡਲ ਜੀ, ਸਿਰਫ 20,000 ਚੱਲੀ ਹੈ ਜੀ, ਨਵਿਆਂ ਵਰਗੀ ਕਾਰ ਹੈ ਜੀ ਬਿਲਕੁਲ। ਰੇਟ 3,70,000 ਰੁਪਈਆ ਜੀ, ਕਵਿੰਟ, ਡਬਲ ਏਅਰਬੈਗ, ABS ਬ੍ਰੇਕਾਂ, ਕੰਪਨੀ ਸਟੀਰੀਓ ਸਿਸਟਮ, ਚਾ ਪਾਵਰ ਵਿੰਡੋ ਦੇ ਨਾਲ, ਬਹੁਤ ਵਧੀਆ ਕਾਰ ਹੈ ਜੀ। ਠੀਕ ਹੈ ਜੀ, ਅਗਲੀ ਆ ਗਈ i10 ਗ੍ਰੈਂਡ, ਹਾਂਜੀ i10 ਗ੍ਰੈਂਡ 2014 ਮਾਡਲ ਹੈ ਜੀ, ਫਸਟ ਓਨਰ ਹੈ, ਲੁਧਿਆਣਾ ਨੰਬਰ ਹੈ ਜੀ, ਔਰ 80,000 ਕਰੀਬ ਇਹ ਗੱਡੀ ਚੱਲੀ ਹੋਈ ਹੈ, 80,000 ਦੇ ਕਰੀਬ। ਪੁਸ਼ ਬਟਨ ਸਟਾਰਟ ਹੈ ਜੀ, ਆਟੋ ਮਿਰਰ ਫੋਲਡ, ਚਾਰੇ ਵਿੰਡੋ ਪਾਵਰ, ਕੰਪਨੀ ਸਟੀਰੀਓ ਸਿਸਟਮ ਦੇ ਨਾਲ, ਬਹੁਤ ਵਧੀਆ ਕੰਟਰੋਲ ਅਤੇ ਸੇਫਟੀ ਵਾਲੀ ਗੱਡੀ ਹੈ। ਅਤੇ ਰੇਟ ਇਹਦਾ ਜੀ ਸਿਰਫ
ਕਾਰ ਦਾ ਰੇਟ ਹੈਗਾ 2,95,000 ਰੁਪਇਆ ਜੀ। 2,95,000। ਅਗਲੀ ਆ ਗਈ ਜੀ ਸਵਿਫਟ। ਸਵਿਫਟ ਆ ਗਈ ਜੀ 2011 ਮਾਡਲ ਹੈ, BDI ਹੈ ਕਾਰ, ਬਹੁਤ ਸੋਹਣੀ ਕਾਰ ਹੈ। ਇਹਨਾਂ ਦੀ ਕਿਸੇ ਵੀ ਕਾਰ ਦੀ ਤੁਸੀਂ ਫੁੱਲ ਵੀਡੀਓ ਦੇਖਣੀ ਹੈ ਭੁੱਲਰ ਮੋਟਰ ਸੰਗਰੂਰ ਯੂਟਿਊਬ ਚੈਨਲ ਅਤੇ ਰੇਸ਼ਮ ਸਿੰਘ ਭੁੱਲਰ ਫੇਸਬੁੱਕ ID 'ਤੇ ਜਾ ਕੇ ਤੁਸੀਂ ਫੁੱਲ ਵੀਡੀਓ ਦੇਖ ਸਕਦੇ ਹੋ। ਸੋ 11 ਮਾਡਲ BDI ਸੈਕਿੰਡ ਓਨਰ 2,65,000 ਰੁਪਏ ਦੀ ਜੀ। ਅਲਟੋ ਜੀ K10 ਆ ਗਈ ਦੋਸਤੋ 2010 ਮਾਡਲ ਹੈ, BXI ਹੈ, ਸੈਕਿੰਡ ਓਨਰ ਹੈ, ਪੰਜਾਬ ਪੱਕੇ ਨੰਬਰ ਦੀ ਹੈ, ਆਲਮੋਸਟ ਓਰਿਜਨਲ ਪੇਂਟ ਦੀ ਕਾਰ ਹੈ ਜੀ, ਪਾਰਟੀ ਦੀ ਗੱਡੀ ਹੈ, ਅਰਜੈਂਟ ਸੇਲ ਹੈ, ਇੱਕ ਅੱਧੇ ਦਿਨ ਦੇ ਵਿੱਚ ਡੀਲ ਹੋਣੀ ਹੈ ਜੀ। ਇਹਦੀ ਗੱਡੀ ਦਾ ਰੇਟ ਖਿੱਚਵਾਂ ਰੇਟ ਹੈ ਜੀ 1,80,000 ਰੁਪਇਆ, ਮਾੜਾ ਮੋਟਾ ਮਾਨਤਾਨ ਹੋਊਗਾ, ਕਮਿਸ਼ਨ ਬੇਸ 'ਤੇ ਡੀਲ ਹੋਊਗੀ ਜੀ। ਬਲੈਨੋ ਖੜੀ ਹੈ ਜੀ ਪੇਡ ਨੰਬਰ ਵਾਲੀ, ਹੈ ਨਾ ਜੀ, 0606। ਬਲੀਨੋ ਆ ਗਈ ਜੀ 2016 ਮਾਡਲ ਹੈ ਜੀ, ਔਰ ਡੈਲਟਾ ਡੀਜ਼ਲ PV ਪੱਕੇ ਨੰਬਰ ਦੀ, ਸੈਕਿੰਡ ਓਨਰ ਜੀ, ਬੀਮਾ ਵੈਲਿਡ ਹੈ, ਚਾਰੋ ਟਾਇਰ ਵਧੀਆ ਨੇ ਜੀ, ਕੋਈ ਕੰਮ ਖਰਚਾ ਨਹੀਂ। ਗੱਡੀ ਦਾ ਰੇਟ ਦੋਸਤੋ 5,25,000 ਰੁਪਇਆ। ਆ ਜਾਓ ਜੀ ਅਗਲੀਆਂ ਗੱਡੀਆਂ ਵੱਲ। ਭੁੱਲਰ ਸਾਹਿਬ, ਤੁਹਾਡੀਆਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਆਪਾਂ ਗੱਡੀਆਂ ਦਿਖਾ ਰਹੇ ਹਾਂ, ਇੱਕ ਗੱਲ ਇਹਨਾਂ ਦੇ ਵਿੱਚ ਖਾਸ ਆ ਗਈ, ਵਿਸ਼ੇਸ਼ ਗੱਲ ਮੈਂ ਨੋਟ ਕਰੀ ਆ, ਐਂਡ 'ਤੇ ਦਰਸ਼ਕਾਂ ਨੂੰ ਮੈਂ ਦੱਸੂੰਗਾ ਜੀ, ਤੁਹਾਡੇ ਤਾਂ ਸ਼ਾਇਦ ਧਿਆਨ 'ਚ ਹੋਵੇ, ਮੈਂ ਇੱਕ ਗੱਲ ਨੋਟ ਕਰੀ ਆ। ਪਹਿਲੀ ਗੱਲ, ਗੱਡੀਆਂ ਸਾਰੀਆਂ ਦੇਖ ਲਓ ਵੀ ਐਵੇਂ ਨਹੀਂ, ਭੁੱਲਰ ਸਾਹਿਬ ਕਹਿੰਦੇ ਹੁੰਦੇ ਜਮੀ ਨਵੀਆਂ ਵਰਗੀਆਂ ਪਈਆਂ ਨੇ ਗੱਡੀਆਂ, ਹੈ ਨਾ। ਸੋ ਭੁੱਲਰ ਸਾਹਿਬ ਉਹ ਗੱਲਬਾਤ ਕਰਦੇ ਹਾਂ, ਫਿਰ ਆ ਬਰਨਾ ਬਾਰੇ ਜਾਣਕਾਰੀ ਦੇ ਦਿਓ ਜੀ। ਆ ਜਾਓ ਜੀ, ਸ਼ੋਰਟ ਡਿਟੇਲ ਦੇ ਨਾਲ ਹੀ ਚੱਲਦੇ ਹਾਂ, ਜ਼ਿਆਦਾ ਸਮਾਂ ਨਹੀਂ ਲੈਂਦੇ ਜੀ। ਵਰਨਾ 13 ਰਜਿਸਟਰਡ, 14 ਜੀ, PV19 ਸੈਕਿੰਡ ਓਨਰ, ਐਂਡਰਾਇਡ ਪਲੇਅਰ ਲੱਗਿਆ ਜੀ, ਚੌਕੜਾ ਟਾਇਰਾਂ ਦਾ ਨਵਾਂ, ਇੰਜਨ ਗੇਅਰ ਦੀ ਓਕੇ ਆ, 82-85 ਦੇ ਕਰੀਬ ਚੱਲੀ ਹੋਈ ਹੈ। ਰੇਟ ਇਹਦਾ 4,35,000 ਰੁਪਇਆ ਡਿਮਾਂਡ ਜੀ। ਠੀਕ ਹੈ ਜੀ, ਅਗਲੀ ਜੀ ਡਿਜ਼ਾਇਰ 2018 BDI ਡੀਜ਼ਲ, ਸਟੇਅਰਿੰਗ 'ਚ ਬਟਨ ਆ ਜਾਂਦੇ ਨੇ ਜੀ, ਡਬਲ ਏਅਰਬੈਗ ਆ ਜਾਂਦਾ, ਅਲਾਏ ਲੱਗੇ ਹੋਏ ਨੇ ਕਾਰ ਦੇ, ਟਾਇਰ ਵਧੀਆ ਨੇ, 6,25,000 ਰੁਪਇਆ ਪਾਰਟੀ ਡਿਮਾਂਡ ਕਰਦੀ ਹੈ ਜੀ, ਕਮਿਸ਼ਨ ਬੇਸ 'ਤੇ ਡੀਲ ਰਹੂਗੀ। ਇੱਕ ਗੱਲ ਦੱਸਣੀ ਭੁੱਲ ਗਏ ਜੀ ਵੀ ਨੰਬਰ ਪੇਡ ਆ। ਨੰਬਰ ਪੇਡ ਆ ਜੀ 0070। ਹਾਂ ਜੀ ਹਾਂ। ਅਤੇ ਅਗਲੀ ਆ ਗਈ ਜੀ ਫੇਰ ਸਵਿਫਟ ਡਿਜ਼ਾਇਰ ਜੀ। ਡਿਜ਼ਾਇਰ 2016 ਮਾਡਲ ਜੀ, ZDI ਪੁਸ਼ ਬਟਨ ਸਟਾਰਟ ਔਰ ਅਲਾਏ ਟਾਇਰ ਲੱਗੇ ਹੋਏ ਨੇ ਜੀ, ਮੇਨ ਗੱਲ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ। ਅੱਛਾ ਜੀ, ਅਤੇ ਨੰਬਰ ਵੀ ਦੇਖੋ ਜੀ 777-1। ਇਹ ਵੀ ਨੰਬਰ ਪੇਡ ਆ ਗਿਆ ਜੀ। ਠੀਕ ਹੈ ਜੀ, ਚੰਗੀ ਕਾਰ ਹੈ ਜੀ, 1,00,000 ਦੇ ਕਰੀਬ ਗੱਡੀ ਚੱਲੀ ਹੋਈ ਹੈ, 90-92 ਦੇ ਕਰੀਬ, ਚੰਗੀ ਕਾਰ ਹੈ, ਵਧੀਆ ਗੱਡੀ ਲੈਣੀ ਹੈ ਦੋਸਤੋ, 5,50,000 ਰੁਪਇਆ ਪਾਰਟੀ ਡਿਮਾਂਡ ਕਰਦੀ ਹੈ, ਔਨ ਟੇਬਲ ਮਾਨਤਾਨ ਹੋ ਜੂਗਾ ਜੀ, ਪਾਰਟੀ ਬੇਸ ਕਮਿਸ਼ਨ ਬੇਸ 'ਤੇ। ਅੱਗੇ ਆਪਣੇ ਕੋਲ ਆ ਗਈ ਜੀ i10 ਗ੍ਰੈਂਡ 2018 ਮਾਡਲ ਹੈ, ਫਸਟ ਓਨਰ ਹੈ, ਬਠਿੰਡਾ ਨੰਬਰ ਦੇ ਵਿੱਚ ਹੈ ਜੀ, ਦੋਨੇ ਚਾਬੀਆਂ ਨੇ, ਬੀਮਾ ਵੈਲਿਡ ਹੈ ਜੀ, ਕੋਈ ਕੰਮ ਖਰਚਾ ਨਹੀਂ। ਗੱਡੀ ਦਾ ਰੇਟ 4,15,000 ਰੁਪਇਆ ਡਿਮਾਂਡ ਹੈ ਜੀ, ਡੀਜ਼ਲ ਦੀ ਕਾਰ ਹੈ ਉਹ, 0070 ਦੀ ਆ, 170 ਹੈ ਜੀ। ਨੰਬਰ ਸਾਰੇ ਵਧੀਆ ਨੰਬਰ ਨੇ ਜੀ ਕਾਰਾਂ ਦੇ। ਹਾਂ ਜੀ ਹਾਂ ਹਾਂ ਜੀ। ਅੱਗੇ ਵਰਨਾ ਆ ਗਈ ਜੀ 2013 ਮਾਡਲ, ਵਰਨਾ 2013 ਮਾਡਲ ਹੈ ਜੀ, ਜੀ ਸੰਗਰੂਰ ਨੰਬਰ ਹੈ, ਅਲਾਏ ਟਾਇਰ ਬਿਲਕੁਲ ਨਵੇਂ ਨੇ ਜੀ, ਇਹਦੇ ਐਂਡਰਾਇਡ ਪਲੇਅਰ ਲੱਗਿਆ ਹੋਇਆ, 1,27,000 ਗੱਡੀ ਚੱਲੀ ਹੋਈ ਹੈ, ਕੰਮ ਖਰਚਾ ਕੋਈ ਨਹੀਂ, ਕਲੱਚ ਪਲੇਟ ਨਵੀਂ ਪਈ ਹੋਈ ਹੈ ਜੀ, ਇਹਦੀ ਸਰਵਿਸ ਕਾਰ ਦੀ ਹੋਈ ਹੋਈ ਹੈ ਜੀ, ਅਲਾਏ ਟਾਇਰ ਨਵੇਂ ਨੇ, ਐਂਡਰਾਇਡ ਲੱਗਿਆ ਹੋਇਆ, ਗੱਡੀ ਦਾ ਰੇਟ 3,95,000 ਰੁਪਇਆ, 3,95 ਦੀ ਜੀ। ਲਓ ਜੀ 3,95 ਦੀ। ਅਗਲੀ ਵਰਨਾ ਜੀ, ਵਰਨਾ ਆ ਗਈ ਦੋਸਤੋ 2011 ਮਾਡਲ ਹੈ ਜੀ, ਓਲਡ ਸ਼ੇਪ ਦੇ ਵਿੱਚ ਵਰਨਾ 2011 ਮਾਡਲ, ਚੌਕੜਾ ਟਾਇਰਾਂ ਦਾ ਇਹਦੇ ਵੀ ਨਵਾਂ ਹੈ ਜੀ, ਉਹ ਗੱਡੀ ਚੰਗੀ ਹੈ, ਗੱਡੀ ਦਾ ਰੇਟ ਹੈਗਾ ਦੋਸਤੋ ਸਿਰਫ
2,45,000 ਰੁਪਇਆ। ਲਓ ਜੀ ਅਗਲੀ ਫਿਰ ਵਰਨਾ ਜੀ। ਵਰਨਾ 2009 ਰਜਿਸਟਰਡ 10 ਜੀ, ਡੀਜ਼ਲ, ਚਾਰੇ ਟਾਇਰ ਇਹਦੇ ਵੀ ਨਵੇਂ ਅਲਾਏ ਲੱਗੇ ਹੋਏ, ਸੀਟ ਕਵਰ ਨਵੇਂ ਜੀ, ਕੰਮ ਖਰਚਾ ਕੋਈ ਨਹੀਂ। ਗੱਡੀ ਦਾ ਰੇਟ ਲੁਧਿਆਣਾ ਨੰਬਰ ਦੀ ਕਾਰ ਹੈ ਜੀ, ਇਹ ਵੀ ਪੇਡ ਨੰਬਰ ਹੈ ਜੀ। ਬਿਲਕੁਲ ਜੀ, ਇਹਦਾ ਰੇਟ ਆ ਗਿਆ ਦੋਸਤੋ, ਬਹੁਤ ਵਧੀਆ ਰੇਟ ਦੀ ਕਾਰ ਹੈ, ਸਿਰਫ 1,75,000 ਰੁਪਇਆ ਰੇਟ ਹੈ ਜੀ। 1,75,000। ਹੁਣ ਫਿਰ ਸਵਿਫਟ ਆ ਗਈ ਜੀ, ਸਵਿਫਟ ਫੌਜੀ ਵੀਰ ਦੀ ਲੱਗਦੇ ਆ। ਹਾਂਜੀ ਹਾਂਜੀ, ਸਵਿਫਟ 2013 ਮਾਡਲ ਹੈ ਜੀ, BDI ਹੈ, ਸੈਕਿੰਡ ਓਨਰ ਹੈ, ਬੀਮਾ ਵੈਲਿਡ ਹੈ ਜੀ, ਅਲਾਏ ਟਾਇਰ ਲੱਗੇ ਹੋਏ ਨੇ, ਸਾਰੇ ਸ਼ੀਸ਼ੇ ਦੇ ਨਾਲ ਦੇ ਨੇ, ਫਰੰਟ ਸ਼ੀਸ਼ੇ 'ਤੇ ਤਰੇੜ ਹੈ ਜੀ। ਵੀਰ ਡਿਮਾਂਡ ਕਰ ਰਿਹਾ ਹੈਗਾ 3,65,000 ਰੁਪਇਆ, ਔਨ ਟੇਬਲ ਮਾਨ ਤਾਨ ਹੋ ਜੂਗਾ ਜੀ। ਇੰਜਨ ਗੇਅਰ ਦੀ ਬਿਲਕੁਲ ਨਵੀਂ ਹੈ ਜੀ, ਸ਼ੋਰੂਮ ਜਿਹਨੂੰ ਕਹਿੰਦੇ ਹਾਂ। ਲਓ ਜੀ ਹੁਣ ਖਾਸ ਗੱਲ ਦੱਸ ਦਈਏ ਜੀ, ਤੁਸੀਂ ਦੱਸੋਗੇ ਕਿ ਤੁਹਾਡੇ ਵੀ ਧਿਆਨ 'ਚ ਨਹੀਂ ਆਈ, ਮੈਂ ਕੀ ਕਹਿਣਾ ਚਾਹੁੰਦਾ ਜੀ। ਨਹੀਂ ਜੀ, ਆਪਣੇ ਧਿਆਨ 'ਚ ਨਹੀਂ ਆਈ, ਸਾਰੀਆਂ ਗੱਡੀਆਂ 50 ਨੰਬਰ ਨੇ, ਸਾਰੀਆਂ ਕਾਰਾਂ 50 ਨੰਬਰ ਨੇ। ਆਉਣ ਵਾਲੇ ਸਮੇਂ ਵਿੱਚ ਛੱਡਤੀਆਂ ਮੇਰੇ ਖਿਆਲ 'ਚ ਬਾਹਰਲੀਆਂ ਨਾ ਜੀ, ਬਾਹਰਲੀਆਂ ਲਿਆਉਣੀਆਂ, ਬਾਹਰਲੇ ਦਾ ਕੰਮ ਛੱਡਤਾ ਜੀ। ਹਾਂਜੀ, ਜੇ ਕੋਈ ਆਪਣੇ 1-2 ਸੱਜਣ ਕੰਮ ਕਰ ਰਹੇ ਨੇ ਬਾਹਰਲੇ ਨੰਬਰ ਦਾ, ਉਹਨਾਂ ਕੋਲ ਜਿਵੇਂ ਕਾਰਾਂ ਖੜੀਆਂ ਨੇ ਬਾਹਰਲੇ ਨੰਬਰ ਦੀਆਂ, ਉਹ ਕਾਰਾਂ ਵੇਚਣ ਦੀ ਡਿਊਟੀ ਆਪਣੀ ਹੈ ਜੀ, ਉਹ ਆਪਾਂ ਵੇਚ ਕੇ ਦੈਨ ਜਿਹੜੀਆਂ ਉਹ ਕਾਰਾਂ ਵੀ ਆਉਣਗੀਆਂ ਉਹ ਵੀ 50 ਨੰਬਰ ਦੀਆਂ ਹੀ ਆਉਣਗੀਆਂ। ਸੋ ਇਹਦੇ ਵਿੱਚ ਸਾਰੀਆਂ ਹੀ ਕਾਰਾਂ 50 ਨੰਬਰ ਦੀਆਂ ਦਿੱਤੀਆਂ ਨੇ ਤੁਹਾਨੂੰ, ਹਜੇ 50 ਨੰਬਰ ਦੀਆਂ ਗੱਡੀਆਂ ਆਪਣੇ ਕੋਲ 5-4 ਹੋਰ ਵੀ ਨੇ, ਉਹ ਅਗਲੀ ਵੀਡੀਓ ਦੇ ਵਿੱਚ ਦੇ ਦਾਂਗੇ। ਠੀਕ ਹੈ ਜੀ, ਅਗਲੀ ਵੀਡੀਓ ਜ਼ਰੂਰ ਦੇਖ ਲਿਓ ਅਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਗੱਡੀਆਂ ਕਿਵੇਂ ਲੱਗੀਆਂ। ਇੱਕ ਜਿਹੜੇ ਵੀਰ ਕੁਛ ਕੁ ਵੀਰ ਕਮੈਂਟ ਕਰਦੇ ਹੁੰਦੇ ਨੇ ਜੀ, ਇਹ ਮਹਿੰਗੀਆਂ ਨੇ ਗੱਡੀਆਂ, ਵੀਰੇ ਜਿਹੜੀ ਚੀਜ਼ ਵਧੀਆ ਹੋਊ ਉਹ ਮਹਿੰਗੀ ਤਾਂ ਹੋਊਗੀ, ਜਿਹੜੇ ਤੁਸੀਂ ਕਹਿੰਦੇ ਉਹਨਾਂ ਫਲਾਨੇ ਦੇ ਸਸਤੇ ਮਿਲਦੇ ਆ ਧਮਕੇ ਦੇ, ਬਾਈ ਬਣ ਕੇ ਉਹਨਾਂ ਦੇ ਕਾਰ ਬਾਜ਼ਾਰਾਂ ਦੇ ਜਿਹੜੇ ਡੰਪ ਹੁੰਦੇ ਨੇ ਉੱਥੇ ਵੀ ਗੇੜਾ ਮਾਰ ਕੇ ਦੇਖ ਲਿਆ ਕਰੋ ਵੀ ਉਹ ਸਸਤੀਆਂ ਕਿਵੇਂ ਮਿਲਦੀਆਂ ਨੇਗੀਆਂ। ਇਹ ਗੱਲ ਭੁੱਲਰ ਸਾਹਿਬ ਨਹੀਂ, ਇਹ ਮੈਂ ਕਹਿ ਰਿਹਾ ਜੀ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।